देर रात बठिंडा की ठंडी सड़क पर होया अकाली दल के एक वर्कर का कतल। करनाल थाना पुलिस लगी छानबीन करन। दस दईए कि पिछले 15 दिन के बठिंडा विच तीजी वारदात है, तो बठिंडा पुलिस सिर्फ छानबीन करन ही लगी, हजे तक पुलिस के हाथ कुछ भी नहीं लग्या। देर रात बठिंडा की ठंडी सड़क पर एक होर कतल हो गया जो एक अकाली दल का वर्कर दसा जा रहा है। सुखनप्रीत सिंह संधु मेरा बेटा सी, ओह मतलब कि शहर के सानू रिंग की उन्हें कहना भी डेढ़ी मिनट 40,000 रुपये चाहिए किसी ने देना। वो पहला भी वैसे ले जाता सी, दे दिंदा सी, फिर वापस कर दिंदा सी। उस तो बाद असी वो घरे आ गया, घरे गड्डी ला के एक्टिवा लै गया 9:15 बजे एक्टिवा ते। वो कहना भी मैं 15-20 मिनट वापस आ जाता, ਤੇ ਮੈਂ ਬੇਟੇ ਗੱਡੀ ਲੈ ਜਾ। ਕਹਿੰਦਾ ਨਹੀਂ ਨੇੜੇ ਹੀ ਜਾਣਾ ਤੇ ਮੈਂ ਸਕੂਟਰੀ ਲੈ ਜਾਣਾ। ਉਹ ਐਕਟਿਵਾ ਲੈ ਗਿਆ, ਜਾ ਕੇ ਐਕਟਿਵਾ ਤੇ ਉਹ ਬੰਦਿਆਂ ਨੂੰ ਪੈਸੇ ਦੇਣ ਗਿਆ। ਉਦੋਂ ਬਾਅਦ ਅਸੀਂ 15-20 ਮਿੰਟਾਂ ਬਾਅਦ ਫੋਨ ਲਾਇਆ, ਫੋਨ ਬਿਜੀ ਆ ਰਿਹਾ ਸੀ। ਬਿਜੀ ਆਉਣ ਕਾਰਨ ਅਸੀਂ ਫਿਰ ਦੂਜੇ ਫੋਨ ਤੇ ਫੋਨ ਲਾਇਆ, ਉਹ ਫੋਨ ਪੁਲਿਸ ਵਾਲਿਆਂ ਨੇ ਚੱਕਿਆ। ਪੁਲਿਸ ਵਾਲਿਆਂ ਨੇ ਚੱਕਣ ਤੋਂ ਬਾਅਦ ਅਸੀਂ ਕਹਿੰਦੇ ਵੀ ਤੁਸੀਂ ਪੁਰਾਣੀ ਚੌਂਕੀ ਕੋਲ ਆ ਜਾਓ ਜਲਦੀ ਤੋਂ ਜਲਦੀ। ਅੱਛਾ ਇਹ ਗੱਲ ਦੱਸੋ, ਤੁਹਾਡੇ ਕੋਲ ਫੋਨ ਸਾਡੇ ਬੇਟੇ ਦਾ ਕਿਵੇਂ ਆਇਆ? ਉਹ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਆ ਜਾਓ। ਅੱਛਾ ਨਾ ਹੀ ਦੱਸੋ, ਅਸੀਂ ਆਪ ਪੇਸ਼ੈਂਟ ਆ ਦੋਵੇਂ ਵੀ ਆ ਬੀਬੀ। ਉਹ ਕਹਿੰਦੇ ਨਹੀਂ ਤੁਸੀਂ ਆਓ। ਅਸੀਂ ਗੱਡੀ ਬਾਹਰ ਕੱਢੀ, ਮੈਂ ਤੇ ਮੇਰੀ ਮਿਸਿਜ, ਅਸੀਂ ਦੋਵੇਂ ਜਾਣੇ ਜਾ ਵੜੇ। ਅਸੀਂ ਜਾ ਕੇ ਜਦੋਂ ਗੱਡੀ ਰੋਕੀ, ਸਾਡੇ ਜਾਣੇ ਸੜਕ ਦੇ ਉੱਤੇ ਲੰਮਾ ਪਾਇਆ ਪਿਆ ਗੋਲੀ ਮਾਰ ਕੇ। ਪਤਾ ਨਹੀਂ ਸਾਨੂੰ ਕਿਹਨੂੰ ਦੇਣੇ ਸੀਗੇ, ਉਹਨੇ ਨਾ ਸਾਨੂੰ ਦੱਸਿਆ, ਅੱਗੇ ਵੀ ਦਿੰਦਾ ਪੈਸੇ ਨਾ ਦੱਸਦਾ ਵੀ ਪੈਸੇ ਲਿਆ ਕੇ ਵਾਪਸ ਮੋੜ ਦਿੰਦਾ ਸਾਨੂੰ। ਕਿਹੜਾ ਪਿਸਤੌਲ ਸੀ? ਪਿਸਟਲ ਪਿਸਤੌਲ ਸੀ ਉਹਦੇ ਕੋਲ, ਉਹ 24 ਘੰਟੇ ਕੋਲ ਰੱਖਦਾ ਸੀ। ਸਾਡਾ ਦੁਸ਼ਮਣੀ ਦਾ ਕੰਮ ਸੀ, ਉਹ ਕਹਿੰਦਾ ਵੀ ਦੁਸ਼ਮਣੀ ਕਿਹਦੇ ਨਾਲ ਆ ਤੁਹਾਡੀ? ਅਸੀਂ ਸਾਡੇ ਤੇ ਪਹਿਲਾਂ ਵੀ ਝੁੰਬੇ ਕਹਿੰਦੇ ਪਰਚਾ ਕਰਾਇਆ ਸੀ 307 ਦਾ, ਮੇਰਾ ਬੇਟਾ 3 ਸਾਲ 3 ਮਹੀਨੇ ਜੇਲ੍ਹ ਲੱਗ ਗਿਆ, ਤੇ ਦੁਸ਼ਮਣੀ ਦੇ ਕਾਰਨ ਉਹ ਪਿਸਟਲ ਆਉਦੇ ਕੋਲ। ਮੋਹਨ ਲਾਲ ਝੁੰਬਾ, ਚੇਅਰਮੈਨ ਮਾਰਕੀਟ ਕਮੇਟੀ, ਦੁਸ਼ਮਣੀ ਹੈ। ਰਾਤ 9 ਵਜੇ ਮੈਨੂੰ ਡਿਊਟੀ ਅਫਸਰ ਦੀ ਕਾਲ ਆਈ ਸੀ, ਸਰ ਇਸ ਤਰ੍ਹਾਂ ਕਰਕੇ ਠੰਡੀ ਸੜਕ 'ਤੇ ਮੰਦਰ ਦੇ ਉੱਤੇ ਡਿੱਗੀਆਂ ਕੋਲ ਇੱਕ ਅਣਪਛਾਤਾ ਵਿਅਕਤੀ ਸਕੂਟਰੀ ਤੋਂ ਡਿੱਗਿਆ ਹੋਇਆ ਪਿਆ ਹੈਗਾ, ਜਿਸਦੀ ਆਪਣਾ ਖੂਨ ਸਿਰ ਖੂਨ ਨਾਲ ਲੱਥ ਪੱਥ, ਅਤੇ ਤੁਸੀਂ ਮੌਕਾ 'ਤੇ ਆਓ। ਮੈਂ ਪੁਲਿਸ ਪਾਰਟੀ ਸਮੇਤ ਮੌਕਾ ਪਰ ਪੁੱਜਾ, ਅਤੇ ਉਸ ਟਾਈਮ ਜਦੋਂ ਮੈਂ ਪਹੁੰਚਿਆ ਤਾਂ ਉਸਦਾ ਫੋਨ ਵੱਜ ਰਿਹਾ ਸੀ, ਅਤੇ ਫੋਨ ਜਦੋਂ ਮੈਂ ਔਨ ਕੀਤਾ ਤਾਂ ਉਸਦੇ ਫਾਦਰ ਸਾਹਿਬ ਨੇ ਚੱਕਿਆ, ਅਤੇ ਮੌਕੇ 'ਤੇ ਆ ਕੇ ਤੁਹਾਨੂੰ ਦੱਸਿਆ ਕਿ ਲਾਸ਼ ਦੇ ਲੜਕੇ ਦੀ ਹੈ, ਜੋ ਇਹ ਵਿਅਕਤੀ ਹੈ ਮੇਰਾ ਲੜਕਾ ਹੈ, ਅਤੇ ਉਸਨੂੰ ਲਿਆ ਕੇ ਮੋਰਚਰੀ ਜਮ੍ਹਾਂ ਕਰਵਾਤਾ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।